जी बिल्कुल, आई थिंक मेरे जो बड़े भाई हैं मेरे को वीडियोस वगैरह भेजते रहते थे, क्योंकि इन्होंने बड़ी स्क्रीन लगा के सभी मैसेज देखे हैं, तो बहुत स्पेशल मोमेंट है वो भी मेरे लिए, एंड सारा गांव खुश है, मैं भी खुश हूँ, इससे बड़ी बात और क्या बात। रास्ते में भी रोक रोक के आपका स्वागत किया गया है, जब से अमृतसर से चले हैं आप, रास्ते में भी कई जगह आपको रोका गया है। जी बिल्कुल बिल्कुल, हर जगह स्वागत हो रहा है, हर जगह पे स्वागत हो रहा था, बहुत अच्छी बात है, खुशी की बात है कि हॉकी देखना प्यार में। कितनी देर बाद कर रहे हो? दो ढाई महीने बाद। बहुत बहुत खुशी है, फर्क की नजर आ रहा है, क्योंकि इस बार पूरे स्टेडियम च हर मैच के तिरंगे लहरा रहे थे, पंजाबी भारती नजर आ रहे थे जो लगातार चीयर कर रहे थे। आउट ऑफ इंडिया जाके खेलना ते इन्ने दर्शकों का प्रेम मिलना जी घर दिए का बहुत आई थिंक मोटीवेट करता वही चीज़ कि जो साढ़े लोग सानू सपोर्ट कर नहीं आ रहे स्टेडियम के बच्चे तो वो चीज़ मोटीवेट भी करती है। तय दिलों धन्यवाद उन्होंने जी, बिना शक बतौर कप्तान एक सरपंच वांगू काम सरपंच साहब जी, धन्यवाद जी, बिल्कुल ये साड़ी ड्यूटी है जी, ये जिम्मेवारी है साड़ी, तो असं निभाते रहेंगे हमेशा, तो जो भी सानू मौका मिलेगा चाहे पेनल्टी कॉर्नर है चाहे लीडरशिप है तो आप ओलंपिक जाना हुण ओह मेंटैलिटी नहीं रही कि ओलंपिक जा रहे हैं कि असीं पार्टिसिपेट करन जा रहे हैं, हुण मैडल की गल हुंदी आ, ਇਹ ਸਾਡੀ ਮੈਂਟੈਲਿਟੀ ਜਿਹੜੀ ਚੇਂਜ ਹੋਈ ਆ, ਤੇ ਇਸੇ ਕਰਕੇ ਬੈਕ ਟੂ ਬੈਕ ਜਿਹੜੇ ਦੋ ਮੈਡਲ ਕਰਾਏ। ਤੁਸੀਂ ਅਧਾਈ ਦੀ ਵੀ ਜ਼ਿੰਮੇਵਾਰੀ ਤੁਹਾਨੂੰ ਦੇ ਦਿੱਤੀ, ਹੋਰੇ ਤੋਂ ਹੀ ਦੇ ਦਿੱਤੀ, ਰੰਗ ਬਦਲਣ ਦੀ ਆਸ ਵੀ ਕੀਤੀ ਜਾ ਰਹੀ ਮੈਡਮ। ਬਿਲਕੁਲ ਜੀ ਬਿਲਕੁਲ, ਇਸ ਵਾਰ ਪੂਰੀ ਉਮੀਦ ਸੀ ਬਹੁਤ ਲਾਗੋਂ ਮੁੜੇ ਆ ਜੀ, ਪਰ ਇਹ ਸ਼ੁਰੂਆਤ ਹੈ ਜੀ, ਤਾਂ ਅੱਗੇ ਹੋਰ ਵਧੀਆ ਕਰਾਂਗੇ। ਅੱਜ ਅੰਮ੍ਰਿਤਸਰ ਆਏ ਮਾਇਨੇ ਰੱਖਦਾ? ਦੇਖੋ ਜੀ ਮਾਇਨੇ ਬਹੁਤ ਰੱਖਦਾ, ਜਿੱਦਾਂ ਮੈਂ ਕਹਿ ਰਿਹਾ ਕਿ ਜਿੰਨਾ ਹਾਕੀ ਨੂੰ ਪਿਆਰ ਮਿਲਦਾ ਹੈ ਉਹਦੇ ਨਾਲ ਸਾਡਾ ਵੀ, ਅਸੀਂ ਵੀ ਮੋਟੀਵੇਟ ਹੁੰਦੇ ਹਾਂ ਕਿ ਸਾਨੂੰ ਲੋਕ ਇੰਨਾ ਪਿਆਰ ਕਰ ਰਹੇ ਹੋ, ਸਾਡੀ ਜਿਹੜੀ ਰਿਸਪੋਂਸੀਬਿਲਟੀ ਆ ਉਹ ਡਬਲ ਹੋ ਜਾਂਦੀ, ਤੁਹਾਨੂੰ ਹੋਰ ਜ਼ਿਆਦਾ ਮਿਹਨਤ ਕਰਨੀ ਪੈਣੀ ਆ ਕਿਉਂਕਿ ਹਾਕੀ ਨੂੰ ਪਿਆਰ ਮਿਲ ਰਿਹਾ, ਤੇ ਬਿਲਕੁਲ ਜੀ ਇਹ 'ਚ ਅਸੀਂ ਪਿੱਛੇ ਨਹੀਂ ਹਟਾਂਗੇ, ਹੋਰ ਜ਼ਿਆਦਾ ਮਿਹਨਤ ਕਰਾਂਗੇ ਐਜ਼ ਅ ਟੀਮ। ਜੁਗਰਾਜ ਭਾਈ ਨੇ ਨਾਮ ਦਿੱਤਾ ਤੁਹਾਨੂੰ ਇਸ ਵਾਰੀ ਸਰਪੰਚ ਸਾਹਿਬ ਦਾ? ਸਰਪੰਚ ਸਾਹਿਬ ਖੁਦ ਨੇ ਜੀ, ਤੁਸੀਂ ਜੁਗਰਾਜ ਜੀ ਨੂੰ ਬੜਾ ਮਾਣ ਦਿੱਤਾ, ਆਪਣਾ ਮੈਡਲ ਉਹਨਾਂ ਦੇ ਬੜੀ ਵਾਇਰਲ ਹੋ ਰਹੀ ਹੈ। ਬਿਲਕੁਲ ਜੀ, ਵੱਡੇ ਬ੍ਰਦਰ ਨੇ ਡੇ 1 ਤੋਂ ਇਹਨਾਂ ਦੀ ਸਪੋਰਟ ਮੇਰੇ ਨਾਲ ਆ, ਤੇ ਇਹ ਹਮੇਸ਼ਾ ਰਹਿਣੀ ਆ ਟੱਚਵਰਡ, ਤੇ ਮੈਂ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਕਿ ਜੋ ਵੀ ਮੈਂ ਅਚੀਵ ਕਰਦਾ ਹਾਂ, ਕਿਉਂਕਿ ਮੈਨੂੰ ਪਤਾ ਹੈ ਇਹ ਸਾਡੀ ਖੁਦ ਦੀ ਫੀਲਿੰਗ ਨੇ, ਸਾਨੂੰ ਸਾਡੀਆਂ ਬਹੁਤ ਗੱਲਾਂ ਸ਼ੇਅਰ ਕਰਦੇ ਨੇ, ਮੈਨੂੰ ਮੈਂ ਜਾਣਦਾ ਹਾਂ ਕਿ ਇਹਨਾਂ ਲਈ ਇਹ ਸਾਰਾ ਮੈਡਲ ਜੋ ਮੈਂ ਅਚੀਵ ਕਰ ਰਿਹਾ ਇਹਨਾਂ ਲਈ ਕਿੰਨੇ ਮਾਇਨੇ ਰੱਖਦਾ ਹੈ, ਅਤੇ ਉਹ ਪਰਸਨਲ ਅਸੀਂ ਨਹੀਂ ਦੱਸ ਸਕਦੇ, ਪਰ ਇਹ ਮਾਲਕ ਬਹੁਤ ਖੁਸ਼ੀਆਂ ਭਰਾ ਦਿਨ ਲੈਂਦਾ, ਇਹ ਤੋਂ ਵੱਧ ਕਿਹੜੀ ਖੁਸ਼ੀ ਹੋ ਸਕਦੀ ਆ, ਬੱਚਾ ਮੈਡਲ ਲੈ ਕੇ ਘਰ ਪਹੁੰਚਿਆ। ਕਦੋਂ ਖੇਡਣਾ ਸ਼ੁਰੂ ਕੀਤਾ ਸੀ? ਕੋਈ ਪੁਰਾਣੀਆਂ ਗੱਲਾਂ ਸੁਣਾਓ ਦੋ। ਖੇਡਣਾ ਤੇ ਇੱਥੇ ਹੀ ਕੀਤਾ ਜੀ, ਇਸੇ ਧਰਤੀ ਦੇ, ਤੇ ਕਦੀ ਕਦੀ ਟਰੈਕਟਰ ਵੀ ਵਾ ਲਈਦਾ, ਵੀ ਚਾਹ ਟਰੈਕਟਰ ਤੇ ਟਰੈਕਟਰ ਵੀ ਵਾ ਵਾਇਆ ਕਹਿੰਦੇ, ਤੇ ਇਹਦੇ ਕੋਈ ਗਾਣਾ ਸੁਣਿਓ ਕਿਤੇ? ਪਹਿਲਾਂ ਛਕਦਾ ਸੀ ਗਾਣੇ, ਪੇੜ ਭੰਗੜਾ ਪਾਉਂਦਾ ਸੀ ਤੇ ਸਕੂਲੇ ਗਾਉਂਦਾ ਹੁੰਦਾ, ਹਰਮੋਨੀਆ ਵੀ ਲਿਆਂਦਾ ਚੇਚਾ, ਚਲੋ ਮਾਲਕ ਨੇ ਜਿਹਨੂੰ ਕੱਢਦਾ ਸੀ ਉਹਨੂੰ। ਸਰਪੰਚ ਸਾਹਿਬ, ਡੈਡੀ ਹੋਰਾਂ ਨੇ ਤੁਹਾਡੀ ਹੋਰ ਖਾਸੀ ਦੱਸਤੀ ਵੀ ਗਾਣੇ ਬੜੇ ਵਧੀਆ ਗਾਉਂਦੇ, ਇੱਕ ਗਾਣਾ ਸੁਣਾ ਦਿਓ ਸਾਨੂੰ। ਕੋਈ ਗੱਲ ਨਹੀਂ, ਫੇਰ ਕਦੇ ਮੁਲਾਕਾਤ ਹੋਵੇ, ਇੰਨਾ ਪਿਆਰ ਦੇਣ ਲਈ, ਤੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਅਗਲੀ ਵਾਰੀ ਓਲੰਪਿਕ, ਅਗਲੇ ਵਾਰੇ ਕਿੰਨੇ ਵੱਡੇ ਟੂਰਨਾਮੈਂਟ ਆ, ਇਦਾਂ ਹੀ ਤੁਹਾਨੂੰ ਵਧੀਆ ਹਾਕੀ ਦਿਖਾਈਏ ਤੇ ਮੈਡਲ ਲੈ ਕੇ ਆਈਏ। ਥੈਂਕ ਯੂ ਸਰ, ਥੈਂਕ ਯੂ। ਮੈਂ ਤੁਹਾਡੀ ਅਗਲੀ ਬੋਲ ਦੇ ਹਾਂ, ਪੂਰੇ ਲਾਈਵ ਕਰਕੇ ਚੇਂਜਸ ਕਾਫੀ ਵੱਡੇ ਪੱਧਰ ਤੇ ਹੋਏ।
ਦੇਖੋ ਚੇਂਜਸ ਤਾਂ ਬਹੁਤ ਹੋਈਆਂ ਨੇ ਹਾਕੀ ਦੇ ਰੂਲਸ ਕਹਿ ਲਓ ਹਾਕੀ ਦੀਆਂ ਗਰਾਊਂਡਸ ਕਹਿ ਲਓ ਬਟ ਸਭ ਤੋਂ ਵੱਡੀ ਚੇਂਜ ਤੇ ਹੈ ਕਿ ਸਾਡੇ ਪਲੇਅਰਸ ਦਾ ਜਿਹੜਾ ਮਾਈਂਡ ਸੈਟ ਸੀਗਾ ਉਹ ਜਿਵੇਂ ਹਰਮਨ ਹੋਣਾ ਨੇ ਦੱਸਿਆ ਕਿ ਅਸੀਂ ਮੈਡਲ ਜਿੱਤਣ ਵਾਸਤੇ ਜਾਂਦੇ ਹਾਂ ਨਾ ਕਿ ਪਾਰਟਿਸਪੇਟ ਕਰਨ ਵਾਸਤੇ ਜਾਂਦੇ ਹਾਂ ਸੋ ਬੜੀ ਵੱਡੀ ਗੱਲ ਹੈ ਤੇ ਜਿਹੜੀ ਗੱਲ ਸਾਡੇ ਸਰਪੰਚ ਸਾਹਿਬ ਨੇ ਤੁਹਾਨੂੰ ਨਹੀਂ ਦੱਸੀ ਉਹ ਮੈਂ ਦੱਸ ਦਿੰਦਾ ਹਾਂ ਕਿ ਸਾਡੀ ਜਿਹੜੀ ਆ ਉਹ ਸਭ ਤੋਂ ਵੱਡੀ ਅਟੈਚਮੈਂਟ ਇਹ ਆ ਕਿ ਜਦੋਂ ਮੇਰੇ ਸੁਪਨੇ ਜਿਹੜੇ ਆ ਉਹ ਇਹ ਪੂਰੇ ਕਰ ਰਿਹਾ ਮੇਰੇ ਮਨ ਚ ਬੜੀ ਇੱਛਾ ਸੀਗੀ ਵੀ ਅਸੀਂ ਆਪਦੇ ਦੇਸ਼ ਵਾਸਤੇ ਓਲੰਪਿਕ ਦਾ ਮੈਡਲ ਜਿੱਤੀਏ ਉਹ ਮੈਂ ਨਹੀਂ ਕਰ ਸਕਿਆ ਪਰ ਪਰਮਾਤਮਾ ਨੇ ਸਾਨੂੰ ਇਸ ਪਾਸੇ ਨੂੰ ਲਾਉਣਾ ਸੀਗਾ ਇਹ ਬਲ ਬਖਸ਼ਣਾ ਸੀ ਤੇ ਉਹ ਮੇਰੇ ਸੁਪਨੇ ਇਹ ਛੋਟਾ ਵੀਰ ਪੂਰੇ ਕਰ ਰਿਹਾ ਸੋ ਮੈਂ ਇਹਦੇ ਵਿੱਚ ਆਪਣੇ ਆਪ ਨੂੰ ਦੇਖਦਾ ਹਾਂ ਇਹ ਸੋਚਦਾ ਹਾਂ ਕਿ ਜਿਹੜੀ ਸੇਵਾ ਪਰਮਾਤਮਾ ਨੇ ਸਾਨੂੰ ਬਖਸ਼ੀ ਸੀ ਉਹ ਤੋਂ ਵੱਡੀ ਸੇਵਾ ਸਾਡੇ ਛੋਟੇ ਵੀਰ ਨੂੰ ਬਖਸ਼ੀਏ ਤੇ ਪਰਮਾਤਮਾ ਇਸੇ ਤਰੀਕੇ ਚੜ੍ਹਦੀ ਕਲਾ 'ਚ ਰੱਖੇ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪਦਾ ਮਿਹਰ ਭਰੇ ਹੱਥ ਰੱਖਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਰਪੰਚ ਸਾਹਿਬ ਜਿਹੜੇ ਆ ਇਹ ਗੋਲਡ ਮੈਡਲ 1980 ਵਾਲਾ ਸੁਨਹਿਰੀ ਹਾਕੀ ਦਾ ਯੁੱਗ ਹੈਗਾ ਹੈ ਜੀ ਹਾਕੀ ਦਾ ਯੁੱਗ ਕਦੀ ਵੀ ਨਹੀਂ ਸੀਗਾ ਠੀਕ ਹੈ ਵਿੱਚ ਥੋੜੀਆਂ ਬਹੁਤੀਆਂ ਕਮੀਆਂ ਪੇਸ਼ੀਆਂ ਸੀਗੀਆਂ ਬਟ ਜਿਵੇਂ ਕਪਤਾਨ ਸਾਹਿਬ ਨੇ ਤੁਹਾਨੂੰ ਅਪੀਲ ਕੀਤੀ ਤਾਂ ਅਸੀਂ ਵੀ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਹਾਕੀ ਨੂੰ ਸਪੋਰਟ ਕਰੋ ਹਾਕੀ ਤੁਹਾਨੂੰ ਨਿਰਾਸ਼ ਨਹੀਂ ਕਰੂਗੀ ਔਰ ਹੁਣ ਜਿਹੜੀ ਟੀਮ ਹੈਗੀ ਆ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਹੋਰ ਵੀ ਪਲੇਅਰਸ ਹੈਗੇ ਨੇ ਬਹੁਤ ਵਧੀਆ ਨੇ ਔਰ ਦੇਸ਼ ਦਾ ਮਾਣ ਸਤਿਕਾਰ ਹਮੇਸ਼ਾ ਉੱਚਾ ਰਹੇ ਭਾਜੀ ਕਲਾਸ ਇਹ ਜਿਹੜਾ ਸੀ ਇਹਨਾਂ ਨੂੰ ਤਿਆਗ ਦਿੱਤਾ ਸਰਪੰਚ ਸਾਹਿਬ ਦਾ ਇਹਦਾ ਰਾਜ ਕੀ ਹੈ ਇਹਦਾ ਰਾਜ ਬਸ ਕੁਛ ਨਹੀਂ ਜੀ ਸਰਪੰਚ ਜਿਹੜਾ ਹੁੰਦਾ ਉਹ ਸਾਰਿਆਂ ਦੀ ਭਲਾਈ ਚਾਹੁੰਣ ਵਾਲਾ ਇੱਕ ਨੁਮਾਇੰਦਾ ਹੁੰਦਾ ਪਿੰਡ ਦਾ ਮੁਖੀਆ ਹੁੰਦਾ ਪਿੰਡ ਦਾ ਮੁਖੀਆ ਹੁੰਦਾ ਜੀ ਉਸੇ ਤਰੀਕੇ ਇਹ ਇੰਡੀਆ ਟੀਮ ਦਾ ਮੁਖੀਆ ਹੈ ਜੀ ਸੋ ਇਹ ਸਰਪੰਚ ਸਾਹਿਬ ਨੇ ਤੇ ਹੁਣ ਇਹਨਾਂ ਨੇ ਜਿਹੜੀ ਇਹਨਾਂ ਦੀ ਬਾਦਸ਼ਾਹਤ ਆ ਉਹ ਇਹ ਹੁਣ ਇਕੱਲੇ ਪਿੰਡ ਦਾ ਜਾਂ ਇਕੱਲੀ ਟੀਮ ਦਾ ਮੁਖੀਆ ਨਹੀਂ ਹੁਣੇ ਪੂਰੇ ਵਰਲਡ ਦਾ ਮੁਖੀਆ ਹੋ ਗਿਆ ਬਤੌਰ ਕੋਚ ਲੱਗਦਾ ਹੈ ਸਰਪੰਚੀ ਵਧੀਆ ਦਿਖਾਈ ਹੈ ਸਰਪੰਚ ਸਾਹਿਬ ਬਿਲਕੁਲ ਬਿਲਕੁਲ ਜੀ ਤੁਸੀਂ ਸਾਰੇ ਦੱਸੋ ਸਰਪੰਚੀ ਕਿਦਾਂ ਦੀ ਰਹੀ ਹੈ ਆਉਣ ਵਾਲੇ ਸਮੇਂ 'ਚ ਵੀ ਤੁਸੀਂ ਸਰਬਸੰਮਤੀ ਨਾਲ ਬਣਾਓਗੇ ਨਾ ਠੀਕ ਹੈ ਜੀ ਠੀਕ ਹੈ ਥੈਂਕ ਯੂ ਜੀ ਕਿੰਨੀ ਖੁਸ਼ੀ ਆ ਖੁਸ਼ੀ ਤੁਹਾਨੂੰ ਦੱਸ ਨਹੀਂ ਸਕਦੀ ਇਹਨੋਂ ਬਾਅਦ ਖੁਸ਼ੀ ਕੀ ਹੋਣੀ ਆਪਣੇ ਦੇਸ਼ ਦਾ ਪੰਜਾਬ ਦਾ ਨਾਂ ਰੋਸ਼ਨ ਕੀਤਾ ਸਾਡੇ ਬੇਟੇ ਭਤੀਜੇ ਨੇ ਇਹ ਸਾਰੀ ਟੀਮ ਦਾ ਮੈਂ ਬਹੁਤ ਬਹੁਤ ਵਧਾਈਆਂ ਦੇਣੀ ਆ ਸਾਰਿਆਂ ਨੇ ਬਹੁਤ ਇਕੱਲਾ ਕੈਪਟਨ ਨਹੀਂ ਕਪਤਾਨ ਹਰਮਨਪ੍ਰੀਤ ਸਾਰੇ ਟੀਮ ਨੇ ਬਹੁਤ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਮੈਂ ਸਾਰੇ ਮੈਚ ਵੇਖੇ ਆ ਮੈਨੂੰ ਬੜੀ ਖੁਸ਼ੀ ਹੋਈ ਬੇਹੱਦ ਖੁਸ਼ੀ ਇਹ ਬੱਚੇ ਦੀ ਇਹਨਾਂ ਬੱਚਿਆਂ ਦੀ ਉਮਰ ਵੱਡੀ ਹੋਵੇ ਤਰੱਕੀ ਦੇਵੇ ਸਾਡਾ ਪੁੱਤ ਬਹੁਤ ਬੁਲੰਦੀਆਂ ਨੂੰ ਛੂਵੇ ਇਹਨਾਂ ਬਾਅਦ ਹੋਰ ਕੁਛ ਮੈਂ ਕਹਿ ਨਹੀਂ ਸਕਦੀ ਨੌਜਵਾਨਾਂ ਨੂੰ ਕੀ ਮੈਸੇਜ ਦਿੰਦੇ ਨੌਜਵਾਨਾਂ ਨੂੰ ਮੈਸੇਜ ਜਾਂਦੇ ਆ ਵੀ ਖੇਡਾਂ ਵੱਲ ਲਾਓ ਜਿਸ ਤਰ੍ਹਾਂ ਸਾਡੇ ਹਰਮਨ ਨੇ ਕੀਤਾ ਇਹ ਕੰਮ ਕਰੋ ਨਸ਼ੇ ਛੱਡੋ ਖੇਡਾਂ ਵੱਲ ਲਾਓ ਇਹ ਗਰਾਊਂਡ ਵਿੱਚ ਬੜਾ ਨਾਂ ਦੇਣ ਵਾਲਾ ਪਰਮਾਤਮਾ ਉਹਨੂੰ ਨਾਂ ਲੈ ਕੇ ਉਹਦਾ ਗਰਾਊਂਡ 'ਚ ਵਰੋ ਬੁਲੰਦੀਆਂ 'ਚ ਛੋ ਹਰਮਨਪ੍ਰੀਤ ਬਹੁਤ ਸਾਡਾ ਆਪਣੇ ਇਲਾਕੇ ਦਾ ਅਤੇ ਮੋਬਾਈਲ ਦਾ ਸਾਰੇ ਪੰਜਾਬ ਦਾ ਸਾਰੇ ਦੇਸ਼ ਦਾ ਸਾਰੇ ਇਹਨੇ ਟੀਮ ਨੇ ਬਹੁਤ ਵਧੀਆ ਪ੍ਰਦਰਸ਼ਨ ਕਰਕੇ ਹਾਕੀ ਦੀ ਟੀਮ ਨੇ ਜਿਤਾਇਆ ਕੋ ਇਹ ਮੇਰੇ ਲਈ ਸਾਡੇ ਇਲਾਕੇ ਵਾਸਤੇ ਅਤੇ ਖਾਸ ਕਰਕੇ ਪਿੰਡ ਵਾਸੀਆਂ ਵਾਸਤੇ ਬੜੇ ਮਾਣ ਦੀ ਗੱਲ ਹੈ ਕਿ ਇਸ ਪਿੰਡ ਦੇ ਵਿੱਚੋਂ ਉੱਠ ਕੇ ਹਰਮਨਪ੍ਰੀਤ ਸਿੰਘ ਨੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਆ ਉਹ ਜਿੱਤ ਦਾ ਪਰਚਮ ਲਹਿਰਾਇਆ ਔਰ ਇਹ ਮੈਂ ਸਮਝਦਾ ਤੁਸੀਂ ਦੇਖ ਸਕਦੇ ਹੋ ਸਾਰੇ ਪਿੰਡ ਵਾਲਿਆਂ ਨੂੰ ਕਿੰਨੀ ਖੁਸ਼ੀ ਹੈ ਇਸ ਤੋਂ ਵੱਡੀ ਕੋਈ ਹੋਰ ਖੁਸ਼ੀ ਹੋ ਨਹੀਂ ਸਕਦੀ ਜ਼ਿੰਦਗੀ ਦੀ ਔਰ ਮੈਂ ਇਹੀ ਅਰਦਾਸ ਕਰਦਾ ਪਰਮਾਤਮਾ ਅੱਗੇ ਸ਼੍ਰੀ ਗੁਰੂ ਰਾਮਦਾਸ ਜੀ ਅੱਗੇ ਕਿ ਉਹ ਇਸ ਬੱਚੇ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣ ਅਤੇ ਬਲ ਬਖਸ਼ਣ ਇਸ ਨੂੰ ਹੋਰ ਉਚਾਈਆਂ ਦੇ ਉੱਤੇ ਲੈ ਕੇ ਜਾਣ ਅਤੇ ਸਾਡੀ ਕੋਸ਼ਿਸ਼ ਇਹੀ ਹੋਊਗੀ ਕਿ ਸਾਡੇ ਇਸ ਇਲਾਕੇ ਦੇ ਵਿੱਚੋਂ ਸਾਡੇ ਇਹਨਾਂ ਪਿੰਡਾਂ ਦੇ ਵਿੱਚੋਂ ਹੋਰ ਬੱਚੇ ਜਿਹੜੇ ਆ ਉਹ ਹਾਕੀ ਵੱਲ ਖੇਡਾਂ ਵੱਲ ਵਧਣ ਤਾਂ ਜੋ ਹੋਰ ਹਰਮਨਪ੍ਰੀਤ ਪੈਦਾ ਹੋਣ ਇੱਥੇ ਹੋਰ ਵਧੀਆ ਤਰੀਕੇ ਦੇ ਨਾਲ ਇੱਥੋਂ ਪਲੇਅਰਸ ਬਣ ਕੇ
ਆਪਣੇ ਦੇਸ਼ ਦਾ ਨਾਮ, ਆਪਣੇ ਸੂਬੇ ਦਾ ਨਾਮ ਰੋਸ਼ਨ ਕਰ। ਕਿਸ ਤਰ੍ਹਾਂ ਲੱਗ ਰਿਹਾ ਜੀ ਅੱਜ ਸਾਰੇ ਦੇਸ਼ ਵਿੱਚ ਹੀ ਮਤਲਬ ਖੁਸ਼ੀ ਮਨਾਈ ਜਾ ਰਹੀ, ਔਰ ਇੱਕ ਜਿਹੜਾ ਕਪਤਾਨੀ ਲੈਣੀ ਬੜੀ ਔਖੀ ਹੁੰਦੀ ਆ ਔਰ ਖੇਡ ਕੇ ਵੀ ਆਉਣਾ ਬੜਾ ਔਖਾ ਲੱਗਦਾ, ਕਿਸ ਤਰ੍ਹਾਂ ਲੱਗ ਰਿਹਾ? ਦੇਖੋ ਇਹ ਪਰਮਾਤਮਾ ਨੇ ਬਖਸ਼ਿਸ਼ ਕਰਨੀ ਹੁੰਦੀ ਹੈ ਜੀ, ਜਦੋਂ ਪਰਮਾਤਮਾ ਦਾ ਓਟ ਆਸਰਾ ਹੋਵੇ, ਵਾਹਿਗੁਰੂ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਹੋਵੇ, ਫਿਰ ਬੰਦੇ ਦੀ ਚੜ੍ਹਦੀ ਕਲਾ ਆਪੇ ਹੋ ਜਾਂਦੀ ਹੈ। ਬਾਕੀ ਤੁਹਾਡੀ ਮਿਹਨਤ, ਤੁਹਾਡੇ ਪਰਿਵਾਰ ਦੀ ਸੈਕਰੀਫਾਈਸ, ਤੁਹਾਡੇ ਪਰਿਵਾਰ ਦੀ ਮਿਹਨਤ, ਫਿਰ ਬੱਚੇ ਦੀ ਮਿਹਨਤ, ਕਿੰਨੀ ਮਿਹਨਤ ਕੀਤੀ ਹੈ, ਸਾਰਾ ਸਾਰਾ ਸਾਲ ਘਰੋਂ ਬਾਹਰ ਰਹਿਣਾ, ਇਹ ਬੜੀ ਵੱਡੀ ਗੱਲ ਹੁੰਦੀ ਹੈ। ਔਰ ਮੈਂ ਸਮਝਦਾ ਕਿ ਅੱਜ ਉਸ ਸਾਰੀ ਕੀਤੀ ਹੋਈ ਮਿਹਨਤ ਦਾ ਜਿਹੜਾ ਫਲ ਆ ਉਹ ਹਰਮਨਪ੍ਰੀਤ ਸਿੰਘ ਅਤੇ ਉਸਦੀ ਟੀਮ ਨੂੰ ਮਿਲਿਆ। ਸੋ ਮੈਂ ਇੱਕ ਵਾਰੀ ਤਹਿ ਦਿਲੋਂ ਸਾਰਿਆਂ ਨੂੰ ਵਧਾਈ ਦਿੰਦਾ ਤੇ ਆਸ ਕਰਦਾ ਕਿ ਪਰਮਾਤਮਾ ਆਉਣ ਵਾਲੇ ਸਮੇਂ 'ਚ ਇਸੇ ਤਰ੍ਹਾਂ ਚੜ੍ਹਦੀ ਕਲਾ 'ਚ। ਹਰਮਨਪ੍ਰੀਤ ਜੀ ਨੂੰ ਸਰਪੰਚ ਤੌਰ ਤੇ ਵੀ ਕਹਿਣ ਲੱਗਾ, ਸਰਪੰਚ ਜੀ ਦਾ ਕਿ ਪ੍ਰਧਾਨ ਮੰਤਰੀ ਜੀ ਜਾਂ ਸਰਪੰਚ ਕਿਹਾ? ਦੇਖੋ ਇਹ ਬੜੇ ਮਾਣ ਦੀ ਗੱਲ ਹੈ ਕਿ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਸਾਹਿਬ ਉਹਨਾਂ ਨੂੰ ਕਾਲ ਕਰਨ ਅਤੇ ਕਾਲ ਕਰਕੇ ਸਰਪੰਚ ਸਾਹਿਬ ਦੇ ਨਾਂ ਨਾਲ ਜਾਣਨ। ਅਸੀਂ ਤਾਂ ਉਹਨਾਂ ਨੂੰ ਪਿਆਰ ਦੇ ਨਾਲ ਸਰਪੰਚ ਸਾਹਿਬ ਕਹਿੰਦੇ ਹਾਂ, ਬਾਕੀ ਉਹਨੇ ਉਹ ਆਪਦੀ ਸਰਪੰਚੀ ਜਿਹੜੀ ਆ ਪੂਰੀ ਦੁਨੀਆ 'ਚ ਕਾਇਮ ਕੀਤੀ ਹੈ। ਸੋ ਚੜ੍ਹਦੀ ਕਲਾ 'ਚ ਰਹੇ ਸਾਡਾ ਛੋਟਾ ਵੀ। ਕੀ ਮੈਸੇਜ ਦੇਣਾ ਚਾਹੋਗੇ ਅੱਜ ਜਿਸ ਤਰ੍ਹਾਂ ਯੂਥ ਸਾਡਾ ਜਿਹੜਾ ਵਾ ਨਸ਼ੇ ਦੀ ਦਲਦਲ 'ਚ ਫਸੀ ਜਾ ਰਿਹਾ ਵਾ, ਔਰ ਤੁਸੀਂ ਆਪ ਵੀ ਐਡੇ ਵਧੀਆ ਖਿਡਾਰੀ ਰਹੇ ਜੇ ਔਰ ਆਪ ਪੰਜਾਬ ਪੁਲਿਸ ਦੇ ਵਿੱਚ ਸੇਵਾ ਨਿਭਾ ਰਹੇ ਜੇ, ਕਿਸ ਤਰ੍ਹਾਂ ਲੱਗ ਰਿਹਾ? ਦੇਖੋ ਨਸ਼ੇ ਦੀ ਜਿਹੜੀ ਸਮੱਸਿਆ ਉਹ ਜ਼ਰੂਰ ਹੈਗੀ ਆ, ਪਰ ਮੈਂ ਇਹ ਨਹੀਂ ਕਹਿੰਦਾ ਕਿ ਸਾਰਾ ਸਾਡਾ ਜਿਹੜਾ ਯੂਥ ਆ ਉਹ ਨਸ਼ੇ ਵੱਲ ਹੋ ਗਿਆ। ਇਹ ਤੁਸੀਂ ਦੇਖ ਸਕਦੇ ਹੋ ਭਾਰਤੀ ਹਾਕੀ ਟੀਮ ਦੇ ਵਿੱਚ ਕਿੰਨੇ ਪੰਜਾਬ ਦੇ ਪਲੇਅਰ ਹੈਗੇ, ਹੋਰ ਗੇਮਾਂ ਦੇ ਵਿੱਚ ਵੀ ਹੈਗੇ ਨੇ, ਮੈਡਲ ਜਿੱਤ ਕੇ ਲਿਆ ਰਹੇ ਨੇ। ਸੋ ਨਸ਼ੇ ਦਾ ਕੋੜ ਜਿਹੜਾ ਆ ਉਹਨੂੰ ਵੱਢਣ ਵਾਸਤੇ ਜਿਹੜਾ ਸਪੋਰਟਸ ਆ, ਜਿਹੜੀਆਂ ਖੇਡਾਂ ਨੇ, ਉਹ ਇੱਕ ਬੜਾ ਵਧੀਆ ਜ਼ਰੀਆ। ਸੋ ਮੈਂ ਸਾਰਿਆਂ ਨੂੰ ਤੁਹਾਡੇ ਮਾਧਿਅਮ ਰਾਹੀਂ ਇਹੀ ਬੇਨਤੀ ਕਰਦਾ ਕਿ ਜਿੰਨੇ ਵੀ ਲੋਕ ਤੁਹਾਡੇ ਮਾਧਿਅਮ ਰਾਹੀਂ ਇਸ ਪ੍ਰੋਗਰਾਮ ਨੂੰ ਦੇਖਦੇ ਨੇ ਜਾਂ ਉਹ ਸਾਨੂੰ ਸੁਣਦੇ ਨੇ, ਉਹ ਆਪਦੇ ਬੱਚਿਆਂ ਨੂੰ ਖੇਡਾਂ ਦੇ ਵਿੱਚ ਲੈ ਕੇ ਆਓ ਅਤੇ ਤੰਦਰੁਸਤ ਬਣਾਓ, ਬੱਚਿਆਂ ਨੂੰ ਆਪਦਿਆਂ ਨੂੰ ਵਧੀਆ ਪਲੇਅਰ ਬਣਾਓ, ਵਧੀਆ ਨੌਕਰੀਆਂ ਮਿਲਣਗੀਆਂ, ਵਧੀਆ ਸਾਰਾ ਤੁਹਾਨੂੰ ਸਰਕਾਰ ਵੱਲੋਂ, ਪਰਮਾਤਮਾ ਵੱਲੋਂ ਹਰ ਪਾਸਿਓਂ ਜਿਹੜੀ ਉਹ ਫਿਰ ਸਪੋਰਟ ਮਿਲਦੀ ਜਦੋਂ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ। ਦੇਖੋ ਮੇਰਾ ਤੇ ਇਹਦੇ ਨਾਲ ਪਿਆਰ ਅੱਜ ਦਾ ਨਹੀਂ ਗਾ, ਬਹੁਤ ਛੋਟੇ ਹੁੰਦਿਆਂ ਤੋਂ ਇਹਦੇ ਨਾਲ ਪਿਆਰ ਹੈਗਾ ਹਰਮਨਪ੍ਰੀਤ ਸਿੰਘ ਦੇ ਨਾਲ, ਔਰ ਮੈਨੂੰ ਇਸ ਗੱਲ ਦਾ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਇਸਦੇ ਨਾਲ ਸਮਾਂ ਬਿਤਾਉਣ ਦਾ ਮੈਨੂੰ ਮੌਕਾ ਮਿਲਿਆ ਔਰ ਮੈਂ ਬਤੌਰ ਕੋਚ ਇਹਨਾਂ ਦੇ ਨਾਲ ਕੰਮ ਕਰਦਾ ਰਿਹਾ। ਸੋ ਇਹ ਮੇਰੇ ਲਈ ਬੜੀ ਵੱਡੀ ਗੱਲ ਹੈ ਔਰ ਮੈਂ ਇਸ ਕਰਕੇ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਜੀ।